जय गुरुदेव, जय रविदास। मैं तो अपना आज के सक्सेस है ना दोस्तों, तुसी दे रहे हो सबसे फास्ट आमने सामने लाइव टेलीकास्ट।
Amen.
1947 ਆਗਮਨ ਪੁਰਬ 'ਤੇ ਅਸੀਂ ਬਹੁਤ ਬਹੁਤ ਵਧਾਈ ਦਿੰਦੇ ਹਾਂ ਔਰ ਇਹ ਬਹੁਤ ਹੀ ਸੁਭਾਗਾ ਸਮਾਂ ਹੈ। ਮੇਰੇ ਖਿਆਲ ਦੇ ਨਾਲ ਜਿਹੜਾ ਆ ਮਨ ਚਿੱਤ ਕਰਕੇ ਆਪਣੇ ਦਿਲ ਤੋਂ ਸਤਿਗੁਰਾਂ ਨੂੰ ਮੰਨਦਾ ਹੈ ਉਹਦੇ ਲਈ ਇਸ ਦਿਨ ਤੋਂ ਵੱਡਾ ਹੋਰ ਕੋਈ ਦਿਨ ਨਹੀਂ ਹੈ। ਇਹ ਗੁਰਪੁਰਬ ਆਪਾਂ ਮਨਾ ਰਹੇ ਹਾਂ, ਵੈਸੇ ਤਾਂ ਜਿਹੜੇ ਰੋਜ਼ਾਨਾ ਗੁਰੂ ਘਰ ਆਉਂਦੇ ਉਹਨਾਂ ਦਾ ਰੋਜ਼ ਹੀ ਗੁਰਪੁਰਬ ਹੈ, ਕਿਉਂਕਿ ਉਹਨਾਂ ਨੇ ਰੋਜ਼ ਗੁਰੂ ਦੀ ਬਾਣੀ ਨੂੰ ਸੁਣਨਾ, ਗੁਰੂ ਦੀ ਬਾਣੀ ਨਾਲ ਜੁੜਨਾ, ਉਹਨਾਂ ਨੇ ਰੋਜ਼ ਆਨੰਦ ਲੈਣਾ। ਬਸ ਆ ਜਿਹੜਾ ਚਮਕ ਦਮਕ ਇਹਦੀ ਥੋੜ੍ਹੀ ਕਮੀ ਹੁੰਦੀ, ਬਾਕੀ ਗੁਰਮੁਖਾਂ ਲਈ ਰੋਜ਼ ਗੁਰਪੁਰਬ। ਗੁਰਬਾਣੀ ਦੇ ਵਚਨ ਹੈ, ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੀ। ਇਹ ਗੁਰੂ ਦਾ ਦਰਜਾ ਦੱਸਿਆ ਮਹਾਰਾਜ ਜੀ ਨੇ, ਗੁਰੂ ਦਾ ਸਥਾਨ ਕੀ ਹੈ, ਗੁਰੂ ਕਿਸ ਸਮਰੱਥਾ ਦੇ ਮਾਲਕ ਹੈ। ਜੇ ਗੁਰੂ ਦੀ ਸਮਰੱਥਾ ਨੂੰ ਦੇਖੀਏ, ਜੇ ਸੌ ਚੰਦਾ ਉਗਵੈ ਸੂਰਜ ਚੜੇ ਹਜ਼ਾਰ, ਇੱਥੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਆਉਂਦਾ। ਇੱਕ ਘੋਰ ਜਿਹੜਾ ਹਨੇਰਾ ਹੁੰਦਾ ਨਾ, ਮਹਾਰਾਜ ਜੀ ਕਹਿੰਦੇ ਜੇ ਤੁਸੀਂ ਗੁਰੂ ਵਾਲੇ ਨਹੀਂ ਬਣੇ ਨਾ, ਸਮਝ ਲਓ ਕਿ ਘੋਰ ਹਨੇਰੇ ਦੇ ਵਿੱਚ। ਇੱਕ ਹਨੇਰਾ ਜਦ ਲਾਈਟ ਚਲੇ ਜਾਂਦੀ ਉਹ ਵਾਲਾ ਆ, ਰਾਤ ਦਾ ਹਨੇਰਾ ਆ। ਇੱਕ ਹਨੇਰਾ ਜਿਹਦੇ ਵਿੱਚ ਅਸੀਂ ਜ਼ਿਆਦਾਤਰ ਗੁੰਮ ਹੋਏ, ਭਟਕ ਰਹੇ ਹਾਂ, ਉਹ ਹਨੇਰਾ ਕਿਹੜਾ ਆ? ਉਹ ਹਨੇਰਾ ਗੁਰੂ ਪਿਆਰੇ ਸਾਧ ਸੰਗਤ ਜੀ ਅਗਿਆਨਤਾ ਦਾ ਹਨੇਰਾ, ਉਹ ਵਹਿਮਾਂ ਭਰਮਾਂ ਵਾਲਾ ਜਿਹੜਾ ਹਨੇਰਾ ਹੈ। ਜੇ ਸਾਡੇ ਸਤਿਗੁਰ ਜਿਨ੍ਹਾਂ ਦੀ ਪਾਵਨ ਬਾਣੀ ਦੇ ਵਿੱਚ ਗੁਰੂ ਪਿਆਰੇ ਸਾਧ ਸੰਗਤ ਜੀ ਇੰਨਾ ਚਾਨਣਿਆ, ਇੰਨਾ ਗਿਆਨ ਭਰਿਆ ਹੋਇਆ ਹੈ, ਤਾਂ ਫਿਰ ਆਪਾਂ ਵਹਿਮਾਂ ਭਰਮਾਂ 'ਚ ਪਏ ਹੋਏ ਚੰਗੇ ਹੁੰਦਾ? ਆਪਾਂ ਦਰ ਦਰ ਡੋਲਦੇ ਚੰਗੇ ਨਹੀਂ ਲੱਗਦੇ, ਆਪਾਂ ਦਰ ਦਰ ਭਟਕਦੇ ਚੰਗੇ ਨਹੀਂ ਲੱਗਦੇ। ਇੱਕ ਘਰ ਛੱਡ ਕੇ ਦੂਜੇ ਘਰ ਕਿਉਂ ਜਾਇਆ ਜਾਂਦਾ ਹੈ? ਜੇ ਇੱਕ ਘਰ ਦੇ ਵਿੱਚ ਕਮੀ ਹੋਵੇ ਨਾ, ਤਾਂ ਅਸੀਂ ਦੂਸਰੇ ਜਗ੍ਹਾ 'ਤੇ ਜਾਂਦੇ, ਜੇ ਦੂਸਰੀ ਜਗ੍ਹਾ 'ਤੇ ਵੀ ਕਮੀ ਲੱਗੇ ਅਸੀਂ ਤੀਜੀ ਜਗ੍ਹਾ 'ਤੇ ਜਾਂਦੇ। ਲੇਕਿਨ ਇਸ ਘਰ ਨੂੰ ਆਪਾਂ ਕਿਉਂ ਛੱਡੀਏ? ਆਪਣੇ ਗੁਰੂ ਦੇ ਦਰ ਨੂੰ ਆਪਾਂ ਕਿਉਂ ਛੱਡੀਏ? ਆਪਣੇ ਗੁਰੂ ਦੇ ਚਰਨਾਂ ਤੋਂ ਆਪਾਂ ਦੂਰ ਕਿਉਂ ਜਾਈਏ? ਮਹਾਰਾਜ ਜੀ ਫਰਮਾਉਂਦੇ ਨੇ, ਧੰਨ ਗੁਰੂ ਕਬੀਰ ਜੀ ਮਹਾਰਾਜ, ਰੇ ਜੀ ਨਿਲਜ ਲਾਜ ਤੁਹੇ ਨਾਮ। ਆਪਣੇ ਮਨ ਨੂੰ ਉਹਨਾਂ ਨੇ ਕਿਹਾ, ਜੇ ਕਿਤੇ ਸਾਡਾ ਵੀ ਕਿਤੇ ਮਨ ਕਰੇ ਨਾ ਵੀ ਚੱਲ ਇੱਦਾਂ ਕਰਦੇ ਹਾਂ ਵੀ ਅੱਜ ਉੱਧਰਲੇ ਪਾਸੇ ਜਾ ਕੇ ਦੇਖ ਲੈਂਦੇ ਹਾਂ, ਤੇ ਆਪਣੇ ਮਨ ਨੂੰ ਇਹ ਗੱਲ ਸਮਝ ਆਇਓ ਜਿੱਦਾਂ ਧੰਨ ਗੁਰੂ ਕਬੀਰ ਜੀ ਮਹਾਰਾਜ ਜੀ ਨੇ ਸਮਝਾਇਆ, ਰੇ ਜੀ ਨਿਲਜ ਲਾਜ ਤੋਹੇ ਨਾਹੀਂ, ਇਹ ਮੇਰੇ ਬੇਸ਼ਰਮ ਮਨਾ, ਤੈਨੂੰ ਪੂਰਾ ਸ਼ਰਮ ਹੈ, ਤੈਨੂੰ ਲਾਜ ਨਹੀਂ ਹੈ, ਹਰ ਤਜ ਕਤ ਕਾਹੂ ਕੇ ਜਾਹੀ, ਤੂੰ ਆਪਣੇ ਰੱਬ ਵਰਗੇ ਗੁਰੂ ਨੂੰ ਛੱਡ ਕੇ ਇੱਧਰ ਉੱਧਰ ਕਿਉਂ ਡੋਲੇ? ਜਾ ਕੋ ਠਾਕੁਰ ਉੱਚਾ ਹੋਏ ਸੋ ਜਨ ਪਰ ਘਰ ਜਾਤ ਨ ਸੋਹੈ। ਮਹਾਰਾਜ ਜੀ ਕਹਿੰਦੇ ਜਿਹਦਾ ਮਾਲਕ ਕਿਤਨਾ ਵੱਡਾ ਹੋਵੇ ਨਾ, ਉਹ ਭਾਈ ਇੱਧਰ ਉੱਧਰ ਡੋਲਦੇ ਚੰਗੇ ਨਹੀਂ ਲੱਗਦੇ। ਚੰਗੇ ਲੱਗਦੇ ਹੋ ਡੋਲਦੇ? ਜਦੋਂ ਗੁਰੂ ਇਤਨਾ ਵੱਡਾ ਹੋਵੇ,
ਹੁਣ ਗੁਰੂ ਕਿੱਡੇ ਵੱਡੇ ਸਾਡੇ ਆਪਣੇ ਲਈ ਤਾਂ ਸਾਰੇ ਗੁਰੂ ਵੱਡੇ ਹੀ ਹਨ। ਦੇਖੋ ਜਿਹੜਾ ਜਿਹੜੇ ਗੁਰੂ ਨੂੰ ਮੰਨਦਾ ਨਾ ਉਹਨਾਂ ਲਈ ਉਹ ਗੁਰੂ ਸਭ ਤੋਂ ਵੱਡੇ ਹੈ। ਆਪਾਂ ਧੰਨ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਸੇਵਕ ਹਾਂ, ਆਪਾਂ ਧੰਨ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਬੱਚੇ ਹਾਂ, ਆਪਣੇ ਲਈ ਉਹਨਾਂ ਦਾ ਦਰਜਾ ਬਹੁਤ ਵੱਡਾ ਹੈ। ਲੇਕਿਨ ਉਹਨਾਂ ਦਾ ਦਰਜਾ ਕੀ ਹੈ? ਜੇਕਰ ਉਹਨਾਂ ਦੇ ਦਰਜੇ ਨੂੰ ਜਾਣਨਾ ਨਾ ਤਾਂ ਫਿਰ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੂੰ ਪੁੱਛੇ ਕਿ ਮਹਾਰਾਜ ਜੀ ਤੁਸੀਂ ਦੱਸੋ ਕਿ ਗੁਰੂ ਰਵਿਦਾਸ ਜੀ ਦਾ ਦਰਜਾ ਕੀ ਹੈ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਸਾਨੂੰ ਸਮਝਾਇਆ ਭਾਈ ਡੋਲੋ ਨਾ, ਭਟਕੋ ਨਾ, ਮੈਂ ਰਵਿਦਾਸ ਜੀ ਨੂੰ ਜਾਣਿਆ ਵੀ ਉਹ ਕੀ ਸੀ। ਇਹ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਬੱਚੇ ਇਹ ਲਿਖੇ ਹੋਏ। ਰਵਿਦਾਸ ਚਮਾਰ ਉਸਤਤ ਕਰੇ ਹਰ ਕੀਰਤ ਨਿਮਕ ਇੱਕ ਗਾਏ, ਪਤਿਤ ਜਾਤ ਉੱਤਮ ਭਇਆ ਚਾਰ ਵਰਨ ਪਏ ਪਤੇ। ਉਹ ਕਹਿਣ ਲੱਗੇ ਕਿ ਭਾਈ ਤੁਸੀਂ ਡੋਲਦੇ ਫਿਰਦੇ ਆ, ਤੁਸੀਂ ਭਟਕਦੇ ਫਿਰਦੇ ਆ, ਤੁਸੀਂ ਇੱਧਰ ਉੱਧਰ ਜਾ ਰਹੇ ਆ, ਤੇ ਮਹਾਰਾਜ ਜੀ ਕਹਿੰਦੇ ਸਾਰੀ ਦੁਨੀਆ ਉਹਨਾਂ ਦੇ ਚਰਨਾਂ ਵਿੱਚ ਆ ਕੇ ਝੁੱਕੇ ਜਿਹਨਾਂ ਨੂੰ ਛੱਡ ਕੇ ਤੁਸੀਂ ਇੱਧਰ ਉੱਧਰ ਡੋਲਦੇ। ਚਾਰ ਵਰਨ ਜਿਹੜੇ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਆ ਕੇ ਝੁੱਕੇ। ਇਹ ਦੇਖਦੇ ਨਾ ਆਪਾਂ ਸ਼ੋਭਾ ਯਾਤਰਾ 8 ਤਰੀਕ ਨੂੰ ਚੱਲਣੀ ਹੈ। ਸ਼ੋਭਾ ਯਾਤਰਾ ਸਤਿਗੁਰ ਰਵਿਦਾਸ ਧੰਨ ਤੋਂ ਚੱਲਣੀ ਹੈ, ਵੱਖ ਵੱਖ ਗੁਰੂ ਘਰਾਂ ਤੋਂ ਚੱਲਣੀ ਹੈ। ਕਿੰਨਾ ਆਨੰਦ ਆਉਂਦਾ ਉਹ ਸ਼ੋਭਾ ਯਾਤਰਾ ਦੇ ਵਿੱਚ ਜਦ ਸੁੰਦਰ ਸੁੰਦਰ ਪਾਲਕੀਆਂ ਆਉਂਦੀਆਂ ਆ, ਵਿੱਚ ਗੁਰੂ ਮਹਾਰਾਜ ਜੀ ਦੇ ਸਰੂਪ ਸਜੇ ਹੁੰਦੇ ਆ। ਕਿੰਨਾ ਆਨੰਦ ਆਉਂਦਾ ਉਹਨਾਂ ਪਾਲਕੀਆਂ ਨੂੰ ਦੇਖ ਕੇ, ਉਹਨਾਂ ਸੰਗਤਾਂ ਨੂੰ ਦੇਖ ਕੇ, ਉਹਨਾਂ ਸੇਵਾਦਾਰਾਂ ਨੂੰ ਦੇਖ ਕੇ, ਉਹਨਾਂ ਦੀ ਸ਼ਰਧਾ ਨੂੰ ਦੇਖ ਕੇ, ਉਹਨਾਂ ਦੇ ਵਿਸ਼ਵਾਸ ਨੂੰ ਦੇਖ ਕੇ, ਉਹਨਾਂ ਦੇ ਗੁਰੂ ਦੇ ਪ੍ਰਤੀ ਪਿਆਰ ਨੂੰ ਦੇਖ ਕੇ ਕਿੰਨਾ ਆਨੰਦ ਆਉਂਦਾ। ਐਸਾ ਹੀ ਆਨੰਦ ਗੁਰੂ ਪਿਆਰੇ ਸਾਧ ਸੰਗਤ ਜੀ 600 ਸਾਲ ਪਹਿਲਾਂ ਵੀ ਵਰਤਿਆ ਸੀ। ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਨੂੰ ਇੱਕ ਸੁੰਦਰ ਪਾਲਕੀ ਦੇ ਵਿੱਚ ਬਿਠਾ ਕੇ, ਉਹਨਾਂ ਨੂੰ ਵਿਰਾਜਮਾਨ ਕਰਵਾ ਕੇ ਪੂਰੀ ਸ਼ਹਿਰ ਦੀ ਸ਼ੋਭਾ ਯਾਤਰਾ ਕੱਢੀ ਗਈ ਸੀ। ਅੱਜ ਅਸੀਂ ਉਹਨਾਂ ਦੇ ਤਸਵੀਰਾਂ ਰੱਖਦੇ ਹਾਂ, ਉਹਨਾਂ ਦੀਆਂ ਮੂਰਤਾਂ ਰੱਖਦੇ ਹਾਂ, ਉਹਨਾਂ ਦੀਆਂ ਮੂਰਤਾਂ ਉਹਨਾਂ ਦੀਆਂ ਤਸਵੀਰਾਂ ਨੂੰ ਦੇਖ ਕੇ ਮਨ ਨੂੰ ਇੰਨਾ ਆਨੰਦ ਆ ਜਾਂਦਾ। ਸੋਚੋ ਉਹ ਕਿੰਨੇ ਵਡਭਾਗੇ ਹੋਏਗੇ ਜਿਨ੍ਹਾਂ ਨੇ ਸਾਕਸ਼ਾਤ ਗੁਰੂ ਮਹਾਰਾਜ ਜੀ ਨੂੰ ਦੇਖਿਆ ਹੋਏਗਾ, ਜਿਨ੍ਹਾਂ ਨੇ ਦਰਸ਼ਨ ਕੀਤੇ ਹੋਣਗੇ। ਜਦ ਸਤਿਗੁਰਾਂ ਨੇ ਦੇਖਿਆ ਨਾ ਭਾਈ ਕਮਾਲ ਦੀ ਗੱਲ ਹੈ। ਹੁਣੇ ਓਂਕਾਰ ਜਸੀ ਜੀ ਨੇ ਸ਼ਬਦ ਦੀ ਵਿਆਖਿਆ ਕੀਤੀ, ਜਦ ਦੇਖਿਆ ਇਤਨਾ ਸੰਗਤ ਦਾ ਰਸ਼ ਹੈ, ਇਤਨੀ ਭਾਰੀ ਸੰਗਤ ਇਕੱਠੀ ਹੋਈ ਹੈ, ਤੇ ਉਸ ਵੇਲੇ ਧੰਨ ਗੁਰੂ ਰਵਿਦਾਸ ਜੀ ਮਹਾਰਾਜ ਜੀ ਨੇ ਅਕਾਲ ਪੁਰਖ ਨੂੰ ਯਾਦ ਕੀਤਾ ਵੀ ਐਸੀ ਲਾਲ ਤੁਝ ਬਿਨ ਕੌਣ ਕਰੇ, ਇਹ ਤੇਰੇ ਤੋਂ ਬਿਨਾਂ ਕੋਈ ਨਹੀਂ ਕਰ ਸਕਦਾ। ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਿਵਾਜ ਗੁਸਈਆ ਮੇਰਾ ਮਾਥੈ ਛਤਰ ਧਰੈ। ਅੱਜ ਜਿਹੜੇ ਮੱਥੇ ਤੇ ਛਤਰ ਝੁਲਦੇ ਸਭ ਪਰਮਾਤਮਾ ਤੇਰੀ ਕਿਰਪਾ। ਜਾ ਕੀ ਸ਼ੋਤ ਜਗਤ ਕੋ ਲਾਗੇ ਤਾਪਰ ਤੁਹੀ ਡਰੈ, ਨੀਚ ਹੈ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੇ। ਮੇਰਾ ਗੋਬਿੰਦ ਜਿਸ ਗੋਬਿੰਦ ਨੂੰ ਛੱਡ ਕੇ ਆਪਾਂ ਡੋਲਦੇ ਹੀ। ਮਹਾਰਾਜ ਜੀ ਕਹਿੰਦੇ ਉਹ ਭਾਈ ਨੀਵਿਆਂ ਤੋਂ ਉੱਚਾ ਕਰ ਦਿੰਦਾ ਆ ਔਰ ਉਹਨੂੰ ਕਿਸੇ ਦਾ ਡਰ ਨਹੀਂ। ਡਰ ਕਿਹਦਾ ਹੁੰਦਾ? ਆਪਣੇ ਤੋਂ ਵੱਡੇ ਦਾ, ਆਪਣੇ ਤੋਂ ਤਾਕਤਵਰ ਦਾ, ਪਰਮਾਤਮਾ ਤੋਂ ਉੱਪਰ ਕੋਈ ਨਹੀਂ। ਇਹ ਗੱਲ ਚੇਤੇ ਰੱਖਣਾ, ਗੁਰੂ ਪਿਆਰੀ ਸਾਧ ਸੰਗਤ ਸਭ ਤੋਂ ਵੱਡਾ ਉਹ ਪਰਮਾਤਮਾ।
अकाल पुरख जिन्हों कहा जाता है। और दूसरे नंबर से जे साडे लिए कोई है तो साडे सतगुरु है, और सतगुरु के बराबर असी कि रखना आ, तो महाराज जी कहते सतगुरु के बराबर आप किसी को नहीं रखना। गुर जैसा नाहीं को दे जिस मस्तक भाग सो लगा सी, गुरु का वह दर्जा है। पत्थर का सुभाव डुबना है, पत्थर तैर नहीं सकता, लेकिन जब सतगुरां की दृष्टि पे तो पत्थर भी तर, पत्थर भी तर। एक जीव जिहड़ा दुनिया तो चला जाता है, एक जीव जिहड़ा दुनिया तो चला जाता है वह दोबारा जीवित नहीं हो सकता, लेकिन जब इहो जे सतगुर ये महान रूहां जब कितें अरदास कर देण तां गुरु प्यारे साध संगत जी मोयां दे विच भी जान पै जांदी है। और ये गल कौन कह रहा है, ये गल धन गुरु राम धन गुरु नामदेव जी महाराज कह रहे। जिस वेले बादशाह ने नामदेव जी महाराज जी नूं कैद कर लिया ना, और शर्त रख दिती कि या तो फिर खुदा खुदा कहना शुरू करो, अल्लाह अल्लाह कहना शुरू करो, राम राम छड्डो, ते जा फिर आ मरी हुई गौ नूं जीवित कर। धन गुरु राम नामदेव जी महाराज कहन लगे मेरे लिए तो अल्लाह भी एक ही है, मेरे लिए राम भी एक ही है, मेरे लिए हर उहदा नाम एक ही है, मैं एक नाम छड़ के दूजे नूं नहीं अपना सकता, मैं सारे नामां नाल प्यार करदा। तां गुरु प्यारे साध संगत जी उस वेले धन गुरु नामदेव जी महाराज जी नूं मारन वास्ते एक हाथी नूं छड़िया गया। ये साखी बड़ी लंबी है, पावन श्री गुरु ग्रंथ साहिब जी महाराज जी दे विच दर्ज है, समा घट है। और जदों धन गुरु नामदेव जी महाराज जी ने अरदास की परमात्मा के चरणों के विच, ते गुरु मेरी साध संगत जी मरी हो गौ भी जीवन। ये महापुरशां दी कुलिक ताकत है, वो नाम दी ताकत। इस करके गुरु का दर्जा बहुत वड्डा है, गुरु का दर्जा बहुत महान है, अपने गुरु तो कदे दूर ना जाए, कदे गुरु नूं भुला ना बैठे। जे साडे जीवन दे विच दुख आ, इह साडे कीते कर्मां दा फल है। गुरु मेरे साध संगत जी चाहे किसी भी धर्म की गल कर लईए, असीं सब धर्मां दा सत्कार करदे आ, लेकिन दुख सुख दोए दर कपड़े पहरे जाए मनुख, ये दुख सुख सारे पासे सब पासे है, सबना दे कोल आउंदा है। जे किते कोई कमी है तो गुरु दे विच कमी नहीं है, कमी गुरु केरे साध संगत जी साडे अंदर, साडे अंदर कमी, क्योंकि गुरु कौन है, गुरु का घर कैसा आ, मेरे मालिक का घर कैसा आ। साचे साहिबा नाल बोलो, साचे साहिबा क्या नहीं करते, करता तेरे जे इत्थे सब कुछ है तो गडोली कर, करता तेरे जिस देहे मिलना किनू है, जिते कृपा करेगा। हुण कृपा किहदे ते करनी है, जिहड़ा गुरु दे चरणां विच हाजर हो। हुण जे आउणा ही साल बाद है ते फिर कृपा भी तां गुरु मेरी साध संगत जी उसे हिसाब नाल। देखो बस पांच मिनट का समा हो गया, गुरु मेरी साध संगत जी पैसे की तंगी, कारोबार ठंडे मठे, शरीरक तन के जोड़े दुख सुख आ, एक साडे जीवन के हिस्से, लेकिन जदों तो गुरु महाराज जी के चरणों नाल जुड़े हुए ना सच जान, मन च एक छोटा जहा भी कदे ख्याल नहीं आया भी मैं गुरु नूं छड़ के कितने होर चले जा। और ये अरदास जरूर करी दी है परमात्मा दे अगे, ये अरदास जरूर करी दी है अपने सतगुरां दे अगे कि परमात्मा जिधर कितें मन में ऐसा ख्याल आ गया ना, मैं अपनी गल करता,
ਜਿੱਦਣ ਕਿਤੇ ਮੇਰੇ ਮਨ 'ਚ ਐਸਾ ਖਿਆਲ ਆਇਆ ਵੀ ਤੇਰੇ ਘਰ ਨੂੰ ਛੱਡ ਕੇ ਕਿਤੇ ਹੋਰ ਚਲੇ ਜਾਵਾਂ, ਬਸ ਇੰਨੀ ਕਿਰਪਾ ਕਰੀ, ਉਹ ਦਿਨ ਮੇਰਾ ਆਖਰੀ। ਕਿਉਂਕਿ ਮੈਨੂੰ ਪਤਾ ਆ ਕਮੀ ਮੇਰੇ ਅੰਦਰ ਹੈ, ਮੇਰੇ ਗੁਰੂ ਦੇ ਘਰ ਵਿੱਚ ਕਮੀ ਨਹੀਂ, ਮੇਰੇ ਗੁਰੂ ਦੇ ਕੋਲ ਕਮੀ ਨਹੀਂ। ਸੋ ਮੈਂ ਆਪਣੀਆਂ ਕਮੀਆਂ ਨੂੰ ਦੂਰ ਕਰਾਂਗਾ ਔਰ ਹਮੇਸ਼ਾ ਗੁਰੂ 'ਤੇ ਵਿਸ਼ਵਾਸ ਰੱਖਾਂਗਾ। ਇਸ ਕਰਕੇ ਗੁਰੂ ਵਾਲੇ ਬਣੋ, ਗੁਰੂ ਚਰਨਾਂ ਨਾਲ ਜੁੜੋ ਔਰ ਗਿਆਨ ਦੇ ਨਾਲ। ਸੋ ਬਹੁਤ ਬਹੁਤ ਧੰਨਵਾਦ ਹੈ ਸਾਰੀ ਸੰਗਤ ਦਾ ਜਿਨ੍ਹਾਂ ਨੇ ਅੱਜ ਹਾਜ਼ਰੀ ਭਰੀ ਹੈ, ਅਤੇ ਗੁਰੂ ਪਿਆਰੇ ਸਾਧ ਸੰਗਤ ਜੀ ਆਪ ਹੁਣ ਓਂਕਾਰ ਜੱਸੀ ਜੀ ਵੱਲੋਂ ਆਰਤੀ ਦਾ ਗਾਇਨ ਕੀਤਾ ਜਾਏਗਾ, ਉਪਰੰਤ ਫਿਰ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਹੋਏਗੀ। ਜੈ ਗੁਰਦੇਵ।
किस सक्सेना आज तक आमने सामने जलंधर बूटा मंडी था।